नमस्कार हफ्ते दे लेखे जो खिचित हुंदा सबने दा स्वागत है मैं रजनी अनुभव आप सबनेषा पहले पालवान ने हफ्ते पर्च ओई दी गतिविधियों पर जिले दे खेल दे क्षेत्रा च उन तोड़ी दी सबनेषा बड्डी महत्वाकांक्षी परियोजना इरणगर च अरुण जेटली इंटरनेशनल स्पोर्ट्स स्टेडियम दे निर्माण दी शुरुआत होने दी उम्मीद जगी है गत वर्ष मंजूरोए दे स्टेडियम दे निर्माण च शुरू होने च आदी सबनेषा बड्डी अड़चन इरणगर राजस्व विभाग पासिया भूमि दस्तावेज की पूरी चालिक करना है ਕਲੀਅਰੈਂਸ ਨਹੀਂ ਦੇਣ ਦੇ ਮਾਮਲੇ ਦਾ ਸੰਕੇਨ ਲੈਂਦੇ ਹੋਈ ਐਤਵਾਰੇ ਕੇਂਦਰੀ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਆਪੂ ਪ੍ਰਸਤਾਵਿਤ ਪ੍ਰਯੋਜਨਾ ਸਥਲ ਦਾ ਦੌਰਾ ਕਰੀ ਜਾਇਜ਼ਾ ਲਾਤਾ ਤੇ ਜ਼ਿਲ੍ਹਾ ਪ੍ਰਸ਼ਾਸਨ ਕੀ ਤੋਲਕ ਹੈ ਸਾਰੀ ਅਰchna ਦੀ ਦੂਰ ਕਰਨੇ ਦੇ ਨਿਰਦੇਸ਼ ਦਿੱਤੇ ਇਹਦੇ ਇਲਾਵਾ ਨਿਰਮਾਣ ਸਥਲ 'ਚ ਰਾਈਟ ਟੂ ਫੇਅਰ ਕੰਪੰਸੇਸ਼ਨ ਐਕਟ ਲਾਗੂ ਉਹਨੇ ਕਰਨੇ ਵੀ ਉਸਾਰੀ ਅਰchna ਦੂਰ ਹੋਈ ਗਈਆਂ ਇਹਦੇ ਚਲਦੇ ਸਥਾਨੀਏ ਖੇਡ ਪ੍ਰੇਮੀ ਲਈ ਇਤਿਹਾਸ 'ਚ ਊਨ ਟੋੜੀ ਦੀ ਸਭਨੇ ਸ਼ ਵੱਡੀ ਖੇਡ ਪ੍ਰਯੋਜਨਾ ਦਾ ਸੁਪਨਾ ਸਾਕਾਰ ਹੋਣ ਦੀ ਉਮੀਦ ਜਗ ਗਈ ਹੈ ਜੰਮੂ ਯੂਨੀਵਰਸਿਟੀ ਚ ਚਾਲੀ ਥਵਾ ਅਧਿਕ ਪੋਸਟ ਗ੍ਰੈਜੂਏਟ ਕੋਰਸਿੰਚ ਦਾਖਲ ਲਈ ਇਸ ਵਾਰੀ ਵੀ ਐਂਟ੍ਰੈਂਸ ਟੈਸਟ ਨੇਯੋਗ ਕਰੋਨਾ ਥਵਾ ਉਪਜੇ ਦੇ ਆਲਾਤ 기 ਦਿਖਦੇ ਹੋਏ ਯੂਨੀਵਰਸਿਟੀ ਨੇ ਇਸ ਸਰਬੰਦਾ ਚ ਫੈਸਲਾ ਕਰੇ ਲਤਾ ਹੈ ਇਸ ਸਰਬੰਦਾ ਚ ਆਦੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਪਿਛਲੇ ਬਰੇ ਵੀ ਕਰੋਨਾ ਥਵਾ ਬਨੇ ਦੇ ਆਲਾਤ ਕਾਰਨ ਐਂਟ੍ਰੈਂਸ ਟੈਸਟ ਕੀ ਰੱਦ ਕਰ ਦਿੱਤਾ ਗਿਆ ਹਾ ਸਨਾਤਕ ਦੀ ਡਿਗਰੀ ਕੋਰਸ ਦੇ ਅੰਕੇ ਦੇ ਮੈਰਿਟ ਉੱਪਰ ਗਏ ਪੀਜੀ ਕੋਰਸਿੰਚ ਦਾਖਲ ਕੀਤੇ ਗਏ ਹੈ ਸਾਲ 2020 ਜੁਲਾਈ ਅਗਸਟ ਦਾ ਪੀਜੀ ਦਾ ਅਕਾਦਮਿਕ ਸਤ੍ਰ ਫਰਵਰੀ 2000 ਇਕੀ ਕੀ ਸ਼ੁਰੂਆਹ ਕੀਜੇ ਸਨਾਤਕ ਦੀ ਡਿਗਰੀ ਦੇ 6ਵੇਂ ਸਮੈਸਟਰ ਦੀ ਪ੍ਰੀਖਿਆ ਪ੍ਰਣਾਮ ਚ ਦੇਰੀ ਹੋਈ ਗਈ ਹੈ ਜੰਮੂ ਕਸ਼ਮੀਰ ਚ ਸਿੱਖਿਆ ਸੰਸਥਾਨ ਨੇ ਕੀ 15 ਜੂਨ 2021 ਤੋਂ ਦੀ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ ਸਨਨੀ ਵਿਜੇ ਬਸ਼ਾਲ ਦੀ ਸੋਮਵਾਰੇ ਜੰਮੂ ਕਸ਼ਮੀਰ ਦੇ ਰਾਸੀ ਜ਼ਿਲ੍ਹੇ ਦੇ ਚਨਾਹ ਉੱਪਰ ਬਨੇ ਦੇ ਵਿਸ਼ਵ ਦੇ ਸਬਨੇ ਸ਼ੌਚੇ ਰੇਲਵੇ ਪੁਲ ਉੱਪਰ ਲੈ ਜਾਇਆ ਗਿਆ ਇਦੀ ਜਾਣਕਾਰੀ ਇੱਕ ਰੱਖਿਆ ਪਰਵਕਤਾ ਨੇ ਦਿੱਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ 1971 ਦੇ ਭਾਰਤ-ਪਾਕਿਸਤਾਨ ਯੁੱਧ ਦੇ 50 ਬਰੇ ਪੂਰੇ ਹੋਣ ਦੇ ਅਵਸਰ ਉਪਰ 16 ਦਸੰਬਰ ਕੀ ਰਾਜਧਾਨੀ ਦਿੱਲੀ ਸਥਿਤ ਰਾਸ਼ਟਰੀ ਸਮਰ ਸमारक ਦੀ ਅਮਰ ਜੋਤੀ ਥਵਾ ਸਵਰਨਿਮ ਵਿਜੇ ਮਸ਼ਾਲੇ ਕੀ ਪ੍ਰਜਲਿਤ ਕਰੀ ਉਹਨੇ ਕੇ ਦੇਸ਼ ਤੇ ਬਖ ਬਖ ਹੀ ਸਿੰਚ ਰਵਾਨਾ ਕੀਤਾ ਹ ਜੰਮੂ ਕਸ਼ਮੀਰ ਪੀਪਲ ਸੈਮੋਕ੍ਰੇਟੀ ਪਾਰਟੀ ਦੇ ਅਧਿક્ષા ਮਹਿਬੂਬਾ ਮੁਫਤੀ ਨੇ ਸੋਮਵਾਰੇ ਆਖਿਆ ਜੇਪਾਰ ਦੇ ਸੰਸਥਾਨ ਨੇ ਮਾਨਵ ਅਧਿਕਾਰ ਉਲੰਘਣ ਦੇ ਮਾਮਲਿਆਂ ਉੱਪਰ ਧਿਆਨ ਦੇਣਾ ਬੰਦ ਕਰਿਓੜਿਆ ਇਸ ਆਸੇ ਸੰਯੁਕਤ ਰਾਸ਼ਟਰ ਕੀ ਇਹਦੇ ਚ ਹਸਤੀਖਸ਼ੇਪ ਕਰਨਾ ਚਾਹੀਦਾ ਮਹਿਬੂਬਾ ਨੇ ਆਖਿਆ ਜਿਪਾਰ ਸਰਕਾਰ ਦੇ ਗਲਤ ਕਦਮ ਦੇ ਖਿਲਾਫ ਆਵਾਜ਼ ਚੁਕਨੇ ਵਾਲੇ ਹਰ ਵਿਅਕਤੀ ਕੀ ਪਾਕਿਸਤਾਨੀ ਏਜੰਟ ਦੱਸਿਆ ਜਾਂਦਾ ਪੁਰਵ ਮੁੱਖ ਮੰਤਰੀ ਹੋਰੇ ਟਿਊਟ ਕਰੀ ਆਖਿਆ ਜਿਪਾਰ ਸਰਕਾਰ ਦੇ ਨਿਸ਼ਠੂਰ ਕਦਮ ਦੇ ਖਿਲਾਫ ਆਵਾਜ਼ ਚੁਕਨੇ ਵਾਲੇ ਹਰ ਵਿਅਕਤੀ ਉੱਪਰ ਪਾਕਿਸਤਾਨੀ ਏਜੰਟ ਹੋਣੇ ਦਾ ਆਸਾਨੀ ਕਰਨੇ ਠੱਪਾ ਲਾਈ ਦਿੱਤਾ ਜਾਂਦਾ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਚ ਉਹ ਸਰਕਾਰੀ ਨੌਕਰੀ ਸਿਰਫ ਸਥਾਨੀ ਲਦਾਖੀਏ ਕੀ ਇਹ ਮਿਲਗ ਲੰਬੇ ਅਰਸੇ ਤੋਂ ਥਵਾ ਉਠਾਰਦੀ ਮੰਗ ਦੇ ਬਾਅਦ ਲਦਾਖ ਪ੍ਰਸ਼ਾਸਨ ਨੇ ਲਦਾਖ ਰੋਜ਼ਗਾਰ ਸੇਵਾ ਭਰਤੀ ਨਿਯਮ 2021 ਦੀ ਅਧिसूchnਾ ਮੰਗਲਵਾਰਿਆ ਜਾਰੀ ਕਰਿ ਉਡੀ ਇਨੇ ਨਿਯਮੇ ਕੀ ਲਾਗੂ ਹੋਣੇ ਉਪਰ ਲਦਾਖ ਚ ਸਰਕਾਰੀ ਨੌਕਰੀਆਂ ਸਿਰਫ ਲਦਾਖ ਦੇ ਸਥਾਨੇ ਨਿਵਾਸੀਏ ਕੀ ਮਿਲਗਨ ਹਾਲਾਂਕਿ ਜੰਮੂ ਕਸ਼ਮੀਰ ਕੈਡਰ ਥਵਾ ਲਦਾਖ ਚ ਪਹਿਲੇ ਥਵਾ ਤੈਨਾਤ ਕਰਮਚਾਰੀਆਂ ਕੀ ਨਵੇਂ ਨਿਯਮੇ ਦੇ ਤਹਿ ਸਥਾਨੀ ਕੇ ਮੰਨਿਆ ਜਾਕ ਲद्दाख ਪ੍ਰਸ਼ਾਸਨ ਨੇ ਐਸਓ ਸੰਖਿਆ 16 ਦੇ ਤਹਿਤ ਇਹ ਅਧिसूचना ਜਾਰੀ ਕੀਤੀ। ਇਹਦੇ ਚ ਸਪਸ਼ਟ ਕੀਤਾ ਗਿਆ ਹੈ ਕਿ ਐ ਜੇ ਸੇਵਾ ਚयन ਦੇ ਦੌਰਾਨ ਲद्दाख ਨਿਵਾਸੀ ਦੀ ਉਪਚਾਰਿਕਤਾ ਉਹੇ ਪੂਰੀ ਕਰ ਸਕਦਾ ਹੈ ਜਿਹੜਾ ਲद्दाख ਨਿਵਾਸੀ ਗਿੱਤੇ ਨਿਰਧਾਰਿਤ ਮਾਣਦੰਡ ਪੂਰਾ ਕਰਦਾ ਹੋਵੇ। ਇਹਦੇ ਕੋਲ ਆ ਪਹਿਲੇ ਅਨੁਛੇਦ 370 ਸਮਾਪਤ ਹੋਣੇ ਦੇ ਬਾਅਦ ਕੇਂਦਰ ਸ਼ਾਸਿਤ ਜੰਮੂ ਕਸ਼ਮੀਰ ਚ ਵੀ ਸਥਾਨੀ ਲੋਕਾਂ ਨੂੰ ਹੀ ਗੇ ਸਰਕਾਰੀ ਨੌਕਰੀਆਂ ਦੇਣੇ ਦੀ ਵਿਵਸਥਾ ਹੀ। ਰਾਸ਼ਟਰੀ ਸਤਰ ਉਪਰ ਕਾਰੋਬਾਰ ਨਿਵੇਸ਼ ਤੇ ਰੋਜ਼ਗਾਰ ਦੇ ਅਫਸਰ ਜੁਟਾਣੇ ਦੇ ਮਕਸਦ ਕਰਨੀ ਜੰਮੂ ਕਸ਼ਮੀਰ ਸਰਕਾਰ ਨੇ ਪੀਏਆਰਸੀ ਕਨੇ ਸਮਝੋਤੇ ਉਪਰ ਅਕਸਖਰ ਕੀਤੇ ਸਮਝੋਤੇ ਦਾ ਪਹਿਲਾ ਚਰਨ ਰਾਜੌਰੀ ਪੁਂਜ ਤੇ ਬਨਿਹਾਲ ਚ ਪੈਦਾ ਹੋਣ ਵਾਲੀ ਬਾਜਰਾ ਤੇ ਦਲਹਨ ਉਪਰ ਕੇਂਦ੍ਰਿਤ ਹੋਗ ਔਨੇ ਵਾਲੇ ਦਿਨੇ ਚ ਬਾਕੀ ਜ਼ਿਲ੍ਹੇ ਦੇ ਖੇਤੀ ਤੇ ਬਾਗਵਾਨੀ ਉਤਪਾਦ ਗੀ ਵੈਲਿਊ ਐਡੀਸ਼ਨ ਚ ਸ਼ਾਮਿਲ ਕੀਤਾ ਜਾਗ ਉੰਦੇ ਲਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਤਰ ਉਪਰ ਖੇਤ ਥਾਵਾ ਬਾਜ਼ਾਰ ਤੋੜੀ ਦਾ ਸੰਪਰਕ ਤਿਆਰ ਕੀਤਾ ਜਾਗ ਜੰਮੂ ਕਸ਼ਮੀਰ ਸਰਕਾਰ ਤੇ ਪੀਏਆਰਸੀ ਯਾਨੀ ਕਿ ਪਾਲਿਸੀ ਐਡਵੋਕੇਸੀ ਰਿਸਰਚ ਸੈਂਟਰ ਚ ਐਮਓ ਪਰ ਅਸਤਾਖਸ਼ਰ ਕੀਤੇ ਜਾਣ ਦੇ ਅਭਸਰ ਉਪਰ ਉਪਰਾਜਿਪਾਲ ਮਨੋਜ ਸੇਨਾ ਨੇ ਆਖਿਆ ਜੀ ਸਾਡਾ ਪ੍ਰਯਾਸ ਰੋਗ ਕਿ ਬਾਂਬੇ ਸਟਾਕ ਐਕਸਚੇਂਜ ਚ ਸੂਚੀਬੱਧ ਕੰਪਨੀਏ ਗੀ ਚਿੰਨਿਤ ਕਰੀ ਉਹਨੇ ਕੀ ਜੰਮ ਕਸ਼ਮੀਰ ਚ ਨਿਵੇਸ਼ ਲਈ ਪ੍ਰੋਤਸਾਹਿਤ ਕੀਤਾ ਜਾ ਉਤਰੀ ਕਸ਼ਮੀਰ ਦੇ ਦੁਰਗੰਪੜੀ ਵਿੱਚ ਬਸੇ ਦਾ ਬਿਆਨ ਇਇਆ ਤੇ ਦੇਸ਼ ਦੇ ਪਿਛੜੇ ਗ੍ਰਾਹਾਂ ਚ ਗਿਨਿਆ ਜਾਂਦਾ ਪਰ कोरोना टीका ਕਰਨ ਦੇ ਮਾਮਲੇ 'ਚ ਸਭ ਨੇ ਸ਼ਾਕਿਆ ਗ੍ਰਾਂਜ 18 ਬਰੇਨ ਤਵਾ ਉਪਰ ਦੀ ਆਯੂ ਵਰਗ ਦਾ ਕੋਈ ਵੀ ਐਸਾ ਵਿਅਕਤੀ ਨਹੀਂ ਹੋਗ ਜਿਨੇ ਕੋਰੋਨਾ ਵੈਕਸੀਨ ਦੀ ਪਹਿਲੀ ਜਾਂ ਦੂਈ ਡੋਸ ਨਹੀਂ ਲਾਤੀ ਦਿਓਏ ਇਹਦਾ ਸ਼੍ਰੀ ਜੰਮੂ ਕਸ਼ਮੀਰ 'ਚ ਅਪਣਾਇਆ ਗਿਆ ਦੇ ਟੀਕਾ ਕਰਨ ਦੇ ਮਾਡਲ ਦਿੱਤਾ ਜਾਂਦਾ ਇਸ ਮਾਡਲ ਦੇ ਤਹਿਤ ਪ੍ਰਸ਼ਾਸਨ ਨੇ ਗ੍ਰਾਮੀਣ ਦਾ ਇੰਤਜ਼ਾਰ ਨਹੀਂ ਕੀਤਾ ਜ ਕਿ ਜਿਓ ਆਈਏ ਟੀਕਾ ਲਗਵਾ ਉਹ ਆਪੂਗੇ ਉੱਥੇ ਪੁੱਜੇ ਤੇ ਲੋਕੇਂਗੀ ਟੀਕਾ ਲਾਇਆ ਲਸ਼ਕਰੇ ਤੈਵਾ ਦਾ ਗੜ ਮੰਨਿਆ ਜਾਣਿਆ ਵਾਲਾ ਬਾਂਡੀਪੂਰਾ ਦਾ ਇੱਕ ਗ੍ਰਾਮ ਬਿਆਨ ਜੇ ਲਗਭਗ 90% ਆਬਾਦੀ ਗੁਜਰਬਕਰਵਾਲ ਸਮੁਦਾਇ ਉਪਰ ਅਧਾਰਿਤ ਹੈ ਸਕੂਲ ਸਿੱਖਿਆ ਵਿਭਾਗ ਨੇ ਖਾਸ ਫੈਸਲਾ ਲੈਂਦੇ ਹੋਏ ਬਖਬਖ ਹਾਈ ਸਕੈਂਡੀ ਸਕੂਲ ਦੇ ਪ੍ਰਿੰਸੀਪਲਿੰਗ ਮੁੱਖ ਸਿੱਖਿਆ ਅਧਿਕਾਰੀਆਂ ਦੇ ਪਦ ਉਪਰ ਕੰਮਕਾਜ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ ਵਿਭਾਗ ਦੇ ਪ੍ਰਸ਼ਾਸਨਿਕ ਸਚਿਵ ਵੀ ਕੇ ਸਿੰਘ ਬਖਿਆ ਜਾਰੀ ਆਦੇਸ਼ ਦੇ ਤਹਿਤ ਇਹ ਨਿਯੁਕਤੀਆਂ ਪੂਰੀ ਤਰ੍ਹਾਂ ਕਰਨ ਅਸਥਾਈ ਉਗਨ ਗਰਲਸ ਹਾਈ ਸਕੈਂਡੀ ਸਕੂਲ ਅਖਨੂਰ ਦੇ ਪ੍ਰਿੰਸੀਪਲ ਸੂਰਜ ਸਿੰਘ ਰਾਠੌਰ ਔਰਿੰਗੀ ਜੰਮੂ ਦੇ ਮੁੱਖੀ ਸਿੱਖਿਆ ਅਧਿਕਾਰੀ ਦਾ ਕੰਮਕਾਜ ਦੇਖਣ ਦੀ ਜ਼ਿੰਮੇਵਾਰੀ ਸੌਂਪੀ ਗਈ ਗਰਲਸ ਹਾਈ ਸਕੈਂਡੀ ਸਕੂਲ ਆਨੰਦਪੁਰ ਸਾਂਬਾ ਦੇ ਪ੍ਰਿੰਸੀਪਲ ਪ੍ਰਕਾਸ਼ ਲਾਲ ਥਾਪਾ ਰੇਗੀ ਕਟੂਆ ਦਾ ਮੁੱਖੀ ਸਿੱਖਿਆ ਅਧਿਕਾਰੀ ਨਿਯੁਕਤ ਕੀਤਾ ਗਿਆ ਹਾਈ ਸਕੈਂਡੀ ਸਕੂਲ ਹਟਲੀ ਕਟੂਆ ਦੇ ਓਂਕਾਰ ਚੰਦ ਸ਼ਰਮਾ ਰੇਗੀ ਸਾਂਬਾ ਦਾ ਮੁੱਖੀ ਸਿੱਖਿਆ ਅਧਿਕਾਰੀ ਨਿਯੁਕਤ ਕੀਤਾ ਗਿਆ ਸਰਕੂਲ ਰੋਡ ਉੱਪਰ ਉਸ ਵੇਲੇ ਅਫਰਾ ਤਫਰੀਦਾ ਮੋਲ ਬਣ ਗਿਆ ਜਿਸ ਲਈ ਵੀਰਵਾਰੇ ਸ਼ਾਮੀਲੇ ਕਰੀਬ 6 ਵਜੇ ਚਾਂਦ ਚੱਕ ਸੜਕ ਦਾ ਇੱਕ ਕਿਨਾਰਾ ਤਸੀ ਗਿਆ ਇਦੇ ਉੱਪਰ ਖੋਤੀ ਦੀ 4 ਕਾਰਾਂ ਤੇ ਇੱਕ ਸਕੂਟੀ ਪਾੜੀ ਥਵਾ ਥੱਲੇ ਡਿੱਗੀ ਵੇ ਸਰਕਲ ਰੋਡ ਉੱਪਰ ਬਾਬਾ ਲਾਲਜੀ ਚੌਕ ਦੇ ਕੋਲ ਚਾਂਦ ਚੱਕ ਸੜਕ ਤਸ ਸੀ ਗਈ ਇਹਦੇ ਕੰਨੇ ਉੱਥੇ ਖੜੋਤੇ ਦੇ ਵਾਹਨ ਦੇ ਕੰਨੇ ਗਾ ਪਾੜ ਦਾ ਮਲਵਾ ਕਰੀਬ 200 ਫੁੱਟ ਨੀਚੇ ਜਾ ਡਿੱਗਿਆ ਤੇਜ਼ ਆਵਾਜ਼ ਹੋਣੇ ਕੰਨੇ ਲੋਕਾਂ ਕੀ ਲੱਗਿਆ ਜਿਹਾ ਕੋਈ ਬੰਮ ਫਟ ਗਿਆ ਹੈ ਆਨੰਦ ਫਾਣਰ ਚ ਲੋਕ ਉੱਥੇ ਪਹੁੰਚੇ ਤੇ ਦਿਖਿਆ ਜੇ ਸੜਕ ਤਸਨੇ ਕਰੀ ਕਈ ਵਾਹਨ ਥੱਲ ਡਿੱਗੀ ਪਏ ਨੇ ਪੁਲਿਸ ਨੇ ਲੋਕਾਂ ਕੀ ਕਟਨਾਸਲ ਥਵਾ ਪਿੱਛੇ ਹਟਾਇਆ ਕਿ ਜੇ ਸੜਕ ਦਾ ਔਰ ਇਸਾ ਤਸਨੇ ਦੀ ਅਸ਼ੰਕਾ ਹੈ ਜੰਮੂ ਕਸ਼ਮੀਰ ਚ ਪਿਛਲੇ ਕੁਝ ਦਿਨੇ ਤਵਾ ਸਿਆਸੀ ਖਿਚੜੀ ਪਕਕਾਰਦੀ ਹੈ ਕੇਂਦਰetva ਕਸ਼ਮੀਰ ਆਧਾਰਿਤ ਪਾਰਟੀ ਦੇ ਨੇਤਾਏ ਦੀ ਟਰੈਕ ਟੂ ਉਪਰ ਗੱਲਬਾਤ ਚਲਾਰਦੀ ਹੈ ਨੈਸ਼ਨਲ ਕਾਨਫਰੰਸ ਦੇ ਮੁਖ ਡਾਕਟਰ ਫਾਰੂਕ ਅਬਦੁੱਲਾ ਨੇ ਆਲਿਆ ਚ ਬਿਆਨ ਜਾਰੀ ਕਰੀ ਆਖਿਆ ਜੇ ਪਾਰਟੀ ਪਰਿਸਿਮਨ ਦੇ ਖਿਲਾਫ ਨਹੀਂ ਹੈ ਤੇ ਕੇਂਦਰਕਰ ਨੇ ਗੱਲ ਕਰਦੇ ਸਾਰੇ ਵਿਕਲਪ ਖੁੱਲੇ ਦੇਣ ਇਹਦੇ ਕਈ ਮਾਇਨੇ ਕੱਢੇ ਜਾ ਰਹੇ ਨੇ ਫਾਰੂਕੂਨ ਦੇ ਬਿਆਨ ਦੇ ਅਗਲੇ ਕੇ ਦਿਨ ਵੀਰਵਾਰੇ ਉਮਰ ਅਬਦੁੱਲਾ ਦੇ ਦਿੱਲੀ ਪੁੱਜਨੇ ਕਰਨੇ ਸਿਆਸੀ ਸਰਗਰਮੀ ਕੀ ਔਰ ਬਲ ਮਿਲਿਆ ਇਸਗੀ ਪਰਿਸੀਮਨ ਤਥਾ ਵਿਧਾਨ ਸਭਾ ਚੋਣਾਂ ਕਨੇ ਜੋੜੀ ਦਿਖਿਆ ਜਾ ਸਕਦਾ ਸੂਤਰਿਆਂ ਦਾ ਤੇ ਇਹ ਵੀ ਆਖਣਾ ਹੈ ਕਿ ਕੇਂਦਰ ਸਰਕਾਰ ਜੰਮੂ ਕਸ਼ਮੀਰ ਚ ਵਿਧਾਨ ਸਭਾ ਚੋਣਾਂ ਕਰਾਣੇ ਦੀ ਤਿਆਰੀ ਚ ਹੈ ਇਹਦੇ ਚਲਦੇ ਪਰਿਸੀਮਨ ਆਯੋਗ ਨੇ ਵੀ ਗਤੀਵਿਧੀਆਂ ਤੇਜ਼ ਕਰੀ ਉੜੀਆਂ ਨਾ ਜੰਮੂ ਜ਼ਿਲ੍ਹੇ ਦੀ ਪੂਰੀ ਚਾਲੀ ਕਨੇ ਅਨਲਾਕ ਕਰੀ ਸਮਾਨੇ ਸਥਿਤੀ ਬਾਲ ਕੀਤੀ ਜਾਏ ਇਹ ਮੰਗ ਵੀਰਵਾਰੇ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਨੇ ਮੰਡਲਾ ਯੁਕਤ ਰਾਗਵ ਲੰਗਰੋਂ ਦੇ ਕਨੇ ਮੁਲਾਕਾਤ ਦੇ ਦੌਰਾਨ ਕੀਤੀ ਪਦਾਤਕਾਰੀਆਂ ਦਾ ਆਖਣਾ ਇਹ ਹੈ ਜਿ ਕੋਰੋਨਾ ਸੰਕਰਮਿਤ ਮਾਮਲੇ ਤੇ ਮ੍ਰਿਤੂ ਦਰਜ ਕਮੀ ਆਈ ਹੈ ਜਿਹਦੇ ਕਨੇ ਵਪਾਰੀ ਗਤੀਵਧੀਆਂ ਕੀ ਪਰਤੀਆ ਗਤੀ ਦਿੱਤੀ ਜਾ ਕਾਰੋਵਾਰੀਆਂ ਕੀ ਮਤੀ ਰਾਹਤ ਦੇਣ ਲਈ ਉਚਿਤ ਉਪਾਅ ਕੀਤੇ ਜਾਣਗਨ ਚੈਂਬਰ ਦੇ ਪ੍ਰਧਾਨ ਅਰुण ਗੁਪਤਾ ਨੇ ਆਖਿਆ ਜੇ ਨਿਰੰਤਰ ਲਾਕਡਾਊਨ ਦੇ ਕਾਰਨ ਵਪਾਰੀ ਸਮੁਦਾਏ ਵਿੱਤੀ ਸੰਕਟ ਚ ਉਨੇ ਬਿਜਲੀ ਬਿੱਲ ਮਾਫ ਕਰਨ ਲਈ ਕਾਰੋਵਾਰੀਆਂ ਕੀ ਰਾਹਤ ਦੇਣ ਦੀ ਮੰਗ ਵੀ ਕੀਤੀ ਹੋਟਲ ਉਦਯੋਗ ਤੇ ਟਰਾਂਸਪੋਰਟਰੇ ਦਾ ਮੁੱਦਾ ਵੀ ਚੁੱਕਿਆ ਇਹ ਵੀ ਆਖਿਆ ਗਿਆ ਜੇ ਹੋਟਲ ਤੇ ਰੈਸਟੋਰਾਂਗੀ 50% ਸਮਰੱਥਾ ਕਰਨੇ ਰਾਤੀ ਲਈ 10 ਵਜੇ ਤੋਂ ਢੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਜੰਮੂ-ਜੋ ਪ੍ਰੇਟਨ ਖੇਤਰ ਦੀ ਬੜਾਵਾ ਦੇਣ ਕੀਤੇ ਨੀਤੀਗੀ ਪਰਤੀਆ ਤਿਆਰ ਕਰਨੇ ਦੀ ਜ਼ਰੂਰਤ ਹੈ। ਉਹ ਬਿਲਾ ਅਰਧਿਕ ਲੋਕ ਨਹੀਂ ਬ੍ਰੇਕ ਦਾ ਮਿਲਣ ਬ੍ਰੇਕ ਦੇ ਬਾਦ ਮਜ਼ਬੂਤੀ ਕੀ ਪਹਿਚਾਨ ACC ਸੀਮੈਂਟ ਮੈਸਰਸ ਬਿਸ਼ਨਦਾਸ ਜਸਵਾਲ ਐਂਡ ਸਨਜ਼ ਆਥਰਾਇਜ਼ਡ ਸਟਾਕਿਸਟ ACC Cement 45 Transport Nagar Jammu ਬ੍ਰੇਕ ਦੇ ਬਾਅਦ ਪਰਤੀਏ ਤੁੰਦਾ ਸਵਾਗਤ ਹੈ ਹਫਤੇ ਦੇ ਲੇਖੇ ਜੋਖੇ ਚ ਪ੍ਰਧਾਨ ਮੰਤਰੀ ਕਾਰਿਆਲੇ ਦੇ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਹੋਰ ਆਖਿਆ ਜੇ ਸ਼ਾਹਪੁਰ ਕੰਡੀ ਡੈਮ ਪ੍ਰੋਜੈਕਟ ਬੰਨੇ ਕਰਨੇ ਭਾਰਤ ਦੀ ਸਿੰਧੂ ਜਲ ਸੰਧੀ ਦੇ ਤਹਿਤ ਆਪਣੇ ਸਦਾ ਪਾਣੀ ਮਿਲਣ ਲੱਗੀ ਪੋ ਪੂਰੀ ਉਮੀਦ ਹੈ ਜੇ ਨਵੰਬਰ 2022 ਤੋਂ ਇਹ ਪ੍ਰੋਜੈਕਟ ਤਿਆਰ ਹੋਈ ਜਾਗ ਵਰਸ਼ 1960 ਦੀ ਸਿੰਧੂ ਜਲ ਸੰਧੀ ਦੇ ਤਹਿਤ ਭਾਰਤ ਦੀ ਵਿਆਸ ਰਾਵੀ ਤੇ ਸਤਲੁਜ ਨਦੀ ਉੱਪਰ ਨਿਯੰਤਰਣ ਮਿਲਿਆ ਹਾ ਉੱਥੇ ਕੇ ਪਾਕਿਸਤਾਨ ਕੀ ਚਿਨਾਵ ਜੇਲਮ ਤੇ ਸਿੱਧੂ ਨਦੀ ਉਪਰ ਨਿਯੰਤਰਣ ਮਿਲਿਆ ਹਾ ਸ਼ਾਹਪੁਰ ਕੰਡੀ ਪ੍ਰੋਜੈਕਟ ਦੇ ਆਵਾਬ ਚ ਰਾਵੀ ਨਦੀ ਦਾ ਪਰ ਦੇ ਇਸ ਦਾ ਪਾਣੀ ਵੀ ਪਾਕਿਸਤਾਨ ਕੀ ਮਿਲਦਾ ਹਾ ਉਹਨ ਪ੍ਰੋਜੈਕਟ ਬੰਨੇ ਉਪਰ ਜੰਮੂ ਸੰਭਾਗ ਦੇ ਕਠੂਏ ਜ਼ਿਲ੍ਹੇ ਦੇ ਕੰਡੀ ਇਲਾਕੇ ਕੀ ਪਾਣੀ ਮਿਲਗ ਡਾਕਟਰ ਜਤਿੰਦਰ ਸਿੰਘੋ ਨੇ ਵੀਰਵਾਰ ਨੇ ਦਿੱਲੀ ਚ ਪੱਤਰਕਾਰਾਂ ਕੇ ਨਾਲ ਗੱਲ ਕਰਤ ਕਰਦੀ ਹੋਈ ਇਹ ਜਾਣਕਾਰੀ ਦਿੱਤੀ ਸਿੰਘੋ ਨੇ ਆਖਿਆ ਜੇ ਕਈ ਦਸ਼ਕੇ ਥਵਾ ਰੁਕੇ ਦਾ ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੀ ਕੋਸ਼ਿਸ਼ੇ ਕਾਰਨ ਸ਼ੁਰੂ ਹੋਇਆ ਹੈ श्रीमता वैष्ण देवी श्रायन क्षेत्रकश देशदा स्वर श्रेष्ठ पौराणिक थीम पार्क बनन चाहाता जम्मू कश्मीर प्रशासन ने एडी योजना तैयार कर लाती है कटराच तीन संभावित थारेगी चिन्हित किया गया है परियोजना ले निवेश केगी आमंत्रित किया चाहता है इस अत्याधुनिक पार्क दा उद्देश्य पर्यटकिय ते श्रद्धालुं गी आकर्षित करने दे करने करने आर्थिक गतिविधियें गी बढ़ावा देना प्रत्यक्ष ते अप्रत्यक्ष रूपाच्य स्थानीय रोजगार दे अवसर देना है ਦੇਸ਼ ਵਿਦੇਸ਼ ਚ ਅਰਵਰੇ ਸ਼੍ਰੀ ਮਾਤਾ ਵੈਸ਼ਨੂ ਦੇਵੀ ਦਰਬਾਰ ਚ 1 ਕਰੋੜ ਟੋੜੀ ਸ਼ਦਾਲੂ ਪੂਜਦੇ ਨੇ ਪ੍ਰਸ਼ਾਸਨ ਤੇ ਸ਼੍ਰੀ ਮਾਤਾ ਵੈਸ਼ਨੂ ਦੇਵੀ ਸ਼੍ਰਾਇਨ ਬੋਰਡ ਚ ਪ੍ਰੋਜੈਕਟ ਲਈ ਤਿੰਨ ਸੰਭਾਵਿਤ ਸਥਾਨੇ ਦੀ ਪਛਾਣ ਕੀਤੀ ਗਈ ਇਹਦੇ ਚ ਦੋ ਸ਼੍ਰਾਇਨ ਖੇਤਰ ਦੇ ਆਕਾਸ਼ ਤੇ ਤ੍ਰਿਆ ਸਾਈਟ ਕਟੜਾ ਬੱਸ ਸਟਾਪ ਤੋਂ 10 ਕਿਲੋਮੀਟਰ ਦੀ ਦੂਰੀ ਉਪਰ ਹੈ ਪਾਰਕ ਦਾ ਮੰਦਿਰ ਦੇ ਰਸਤੇ ਚ ਨਿਰਮਾਣ ਕੀਤਾ ਜਾਵੇ ਤਾਂਕਿ ਦਰਸ਼ਨ ਦੇ ਬਾਅਦ ਤੀਤ ਯਾਤਰੀਆਂ ਦੀ ਮਨੋਰੰਜਨ ਗਤੀਵਿਧੀਆਂ ਦਾ ਬੇਤਰ ਅਨੁਭਵ ਮਿਲ ਸਕੇ ਉਪ ਰਾਜਪਾਲ ਮਨੋਜ ਸਿਨਹਾ ਨੇ ਜੰਮੂ ਕਸ਼ਮੀਰ ਦੇ ਵਿਭਾਜਨ ਕੇ ਲਈ ਚਲਾਰ ਦੀ ਚਰਚਾਈ ਗਈ ਸਿਰੇ ਥਮਾ ਖਾਰਿਜ ਕਰਦੇ ਹੋਏ ਆਖਿਆ ਜੇ ਇਹ ਕਿਸ ਸਵਾਰਥੀ ਤਤਵੇਂ ਦੀ ਸਾਜ਼ਿਸ਼ ਹੈ ਆਪਣੇ ਸਵਾਰਥ ਲਈ ਉਸ ਚਾਲੀ ਦੀ ਅਫਗਾਵਾ ਫੈਲਾਰ ਦੇਣ ਇਨੇ ਸਾਜ਼ਿਸ਼ਾਂ ਦੀ ਕੁਸੇ ਚਾਲੀ ਕਰਨੇ ਸਫਲ ਨਹੀਂ ਹੋਣ ਦਿੱਤਾ ਜਾਗ ਉਹਨੇ ਆਪਣੇ ਇੱਕ ਸਾਖਸ਼ਾਤਕਾਰ ਚ ਆਖਿਆ ਜੇ ਪੱਛਮੀ ਬੰਗਾਲ ਤੇ ਤਮਿਲਨਾਡੂ ਚੋਣਾਂ ਥਵਾ ਪਹਿਲੇ ਸੁਰੱਖਿਆ ਬਲਾਂ ਦੀ ਕੰਪਨੀਆਂ ਬਾਹਰ ਗਈਆਂ ਹੀਆਂ ਇੰਦੇ ਚੂ ਸੱਤ ਕੰਪਨੀਆਂ ਪਹਿਲੇ ਗਈਆਂ ਬਾਕੀ ਬੱਚੇ ਦੇ ਜਵਾਨ ਕੁਆਰੰਟਾਈਨ ਹੈ ਤੇ ਉਹ ਉਨ ਇੱਥੇ ਆਏ ਨਾ ਜਿਆਂਗੇ ਉਹ ਅਮਨਤ ਯਾਤਰਾ ਦਾ ਸਮੇਂ ਹੁੰਦਾ ਤੇ ਕੇਂਦਰ ਸਰਕਾਰ ਬਕੀਆ ਅਤਿਰਿੱਕਤ ਫੋਰਸ ਭੇਜੀ ਜਾਂਦੀ ਹੈ ਉਹਨੇ ਆਖਿਆ ਜੇ ਉਹ ਜ਼ਿੰਮੇਵਾਰੀ ਕਰਨੇ ਆਖਾਰ ਦਿਨ ਜੇ ਪ੍ਰਦੇਸ਼ ਦੇ ਵਿਭਾਜਨ ਦੀ ਗੱਲ ਪੂਰੀ ਚਾਲੀ ਕਰਨੇ ਨਿਰادار ਹੈ ਨਾ ਤੇ ਇਸ ਮਸਲੇ ਉਪਰ ਕੋਈ ਵਿਚਾਰ ਹੋਇਆ ਨਾ ਚਰਚਾ ਉਹਨੇ ਆਲੀ ਹੈ ਤੇ ਨਾ ਕੋਈ ਚਰਚਾ ਹੋਗ ਵਿਸ਼ਵ ਪ੍ਰਸਿੱਧ ਤਿਰੂਪਤੀ ਬਾਲਾਜੀ ਮੰਦਿਰ ਦੀ ਤਰਜ ਉਪਰ ਜੰਮੂ ਸ਼ਹਿਰ ਦੇ ਸਿੱਧੜਾ ਚ ਭਗਵਾਨ ਵੈਂਕਟੇਸ਼ਵਰ ਦੇ ਭਵੇ ਮੰਦਿਰ ਦਾ ਨਿਰਮਾਣ ਐਤਵਾਰੇ ਸ਼ੁਰੂ ਹੋਈ ਗਿਆ ਐਤਵਾਰੇ ਬੜਲੇ ਸਿੱਧੜਾ ਚ ਵੈਦਿਕ ਮੰਤਰੋਚਾਰਨ ਚ ਭੂਮੀ ਪੂਜਨ ਦੇ ਬਾਅਦ ਸ਼ਿਲਾਨਿਆਸ ਕੀਤਾ ਗਿਆ ਇਸ ਮੌਕੇ ਉੱਪਰ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਉਪ ਰਾਜਪਾਲ ਮਨੋਜ ਸਿਨਹਾ ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਤਿਰੂਮਲਾ ਤਿਰੂਪਤੀ ਦੇਵਸਥਾਨਮ ਬੋਰਡ ਦੇ ਅਧਿਕਸ਼ ਵਾਈ ਬੀ ਸੁਬਾ ਰੈਡੀ ਤੇ ਜੰਮੂ ਪੁੰਛ ਦੇ ਸਾਸਨ ਜੁਗਲ ਕਿਸ਼ੋਰ ਸ਼ਰਮਾ ਸਮੇਤ ਕਈ ਗਨਮਾਨ ਲੋਕ ਮੌਜੂਦ ਹੈ ਬੜਲੇ 11 ਵਜੇ ਉਹ ਇਸ ਕਾਰਜਕ੍ਰਮ ਦੇ ਦੌਰਾਨ ਵਾਈ ਵੀ ਸੁਬਾ ਰੈਡੀ ਹੋ ਰਹੇ ਮੰਦਿਰ ਚ ਬਾਕੀ ਬੁਨਿਆਦੀ ਢਾਂਚੇ ਦੀ ਵਿਕਸਿਤ ਕਰਨ ਦੇ ਕੀਤੇ ਅਪਣਾਈ ਜਾਣ ਵਾਲੀ ਰਣਨੀਤੀ ਬਾਰੇ ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਤੇ ਉਪ ਰਾਜਪਾਲ ਹੋਰਗੀ ਦੱਸਿਆ ਕਾਲੇ

ਅਫਤ ਦੇ ਲੇਖ ਜੋਖੇ ਦੇ ਅੱਜ ਦੇ ਇਸ ਅੰਕ ਚ ਬਸ ਇੰਨਾ ਗਏ ਮੀ ਤੇ ਮੇਰੀ ਪੂਰੀ ਟੀਮ ਕੀ ਦਿਓ ਇਜਾਜ਼ਤ ਤੇ ਤੁਸ ਦਿੱਖਦੇ ਰੋ ਪੀਪੀ ਨਿਊਜ਼ ਲਾਈਨ ਨਮਸਕਾਰ ਮਜ਼ਬੂਤੀ ਕੀ ਪਹਿਚਾਨ ਏਸੀਸੀ ਸੀਮੈਂਟ ਮੈਸਰਸ ਵਿਸ਼ਨ ਦਾਸ ਜਸਵਾਲ ਐਂਡ ਸਨਸ ਆਥਰਾਇਜ਼ਡ ਸਟਾਕਿਸਟ ਏਸੀਸੀ ਸੀਮੈਂਟ 45 ਟ੍ਰਾਂਸਪੋਰਟ ਨਗਰ ਜੰਮੂ